ਸ਼੍ਰੀਕਾਲ ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸਾਥ ਦੇ ਨਾਲ ਮੈਂ ਹਾਂ ਸ਼ੀਤਲ ਠਾਕੁਰ ਲੈ ਕੇ ਹਾਜ਼ਰ ਹੋਈਆਂ ਖਬਰਾਂ ਦਾ ਬੁਲੇਟਿਨ ਆਓ ਫਿਰ ਸ਼ੁਰੂਆਤ ਕਰਦੇ ਹਾਂ ਇਹਨਾਂ ਸੁਰਖੀਆਂ ਤੋਂ ਅਮਰੀਕਾ ਦੇ ਤਿੰਨ ਅਰਥਸ਼ਾਸਤਰੀਆਂ ਨੂੰ ਮਿਲੇਗਾ ਨੋਬਲ ਪੁਰਸਕਾਰ ਕੈਲੀਫੋਰਨੀਆ ਦੇ ਵਿੱਚ ਤੇਜ਼ ਹਵਾਵਾਂ ਨੇ ਬਿਜਲੀ ਸਪਲਾਈ ਕੀਤੀ ਪ੍ਰਭਾਵਿਤ ਜੋ ਬਾਈਡਨ ਦੀ ਸਹਾਇਤਾ ਕਰਨ ਵਾਲੇ ਟਰਾਂਸਲੇਟਰ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਪਰਮਾਣੂ ਹਥਿਆਰਾਂ ਤੱਕ ਪਹੁੰਚ ਗਏ ਸਨ ਏਲੀਅਨਸ ਹੋ ਸਕਦਾ ਸੀ ਵਿਸ਼ਵ ਯੁੱਧ ਜਿਨ੍ਹਾਂ ਰੈਜ਼ੀਡੈਂਟਸ ਦੀ ਸੈਕਿੰਡ ਡੋਜ਼ ਪੈਂਡਿੰਗ ਹੈ ਉਹਨਾਂ ਦੇ ਉੱਤੇ ਧਿਆਨ ਨਿਰਧਾਰਿਤ ਕਰੇਗਾ ਹੁਣ ਟੋਰਾਂਟੋ ਕਈ ਗੱਡੀਆਂ ਦੇ ਆਪਸ ਦੇ ਵਿੱਚ ਟਕਰਾਉਣ ਦੇ ਨਾਲ ਦੋ ਵਿਅਕਤੀ ਹੋਏ ਹਲਾਕ ਤੇ ਦੋ ਜ਼ਖਮੀ ਹਾਦਸੇ ਤੋਂ ਬਾਅਦ ਪਲਟੀ ਕਾਰ ਦੇ ਵਿੱਚ ਸਵਾਰ ਮਾਂ ਤੇ ਬੱਚੇ ਨੂੰ ਰਾਹਗੀਰਾਂ ਨੇ ਬਚਾਇਆ ਜੰਮੂ ਕਸ਼ਮੀਰ ਦੇ ਵਿੱਚ ਜਵਾਨਾਂ ਦੀ ਸ਼ਹਾਦਤ ਦੇ ਪਿੱਛੋਂ ਐਕਸ਼ਨ ਦੇ ਵਿੱਚ ਫੌਜ 24 ਘੰਟਿਆਂ ਦੇ ਵਿੱਚ 7 ਅੱਤਵਾਦੀਆਂ ਦਾ ਕੀਤਾ ਸਫਾਇਆ ਪੀਐਮਓ ਨੇ ਲਿਆ ਕੋਲਾ ਅਤੇ ਬਿਜਲੀ ਸੰਕਟ ਦਾ ਜਾਇਜ਼ਾ ਲਖੀਮਪੁਰ ਦੇ ਵਿੱਚ ਜੋਗਿੰਦਰ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਵੰਗਾਰ ਐਸਟੀਐਫ ਦੀ ਰਿਪੋਰਟ ਤੇ ਨਵਜੋਤ ਸਿੱਧੂ ਦਾ ਟਵੀਟ ਅੱਜ ਹਾਈਕੋਰਟ ਦੇ ਵਿੱਚ ਨਸ਼ਾ ਕਾਰੋਬਾਰੀਆਂ ਦੇ ਬਾਰੇ ਹੋਵੇਗਾ ਖੁਲਾਸਾ ਹਰਸਿਮਰਤ ਬਾਦਲ ਦਾ ਕੇਜਰੀਵਾਲ ਤੇ ਤਿੱਖਾ ਹਮਲਾ ਕਿਹਾ ਪੰਜਾਬ ਮਜ਼ਾਕ ਦੇ ਮੂਡ ਦੇ ਵਿੱਚ ਨਹੀਂ ਤਾਪ ਘਰਾਂ ਦੇ 5 ਯੂਨਿਟ ਹੋਏ ਬੰਦ ਆਉਣ ਵਾਲੇ ਸਮੇਂ ਦੇ ਵਿੱਚ ਵਧੇਗਾ ਬਿਜਲੀ ਸੰਕਟ ਕੋਰੋਨਾ ਦੇ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇਗਾ 50,000 ਰੁਪਏ ਦਾ ਮੁਆਵਜ਼ਾ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਵਿੱਚ ਇਸ ਸਾਲ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ ਜਿਸ ਦੇ ਵਿੱਚ 3 ਅਮਰੀਕੀਆਂ ਦਾ ਨਾਮ ਜ਼ਿਕਰਯੋਗ ਹੈ ਜ਼ਿਕਰਯੋਗ ਹੈ ਕਿ ਅਰਥਸ਼ਾਸਤਰ ਦੇ ਖੇਤਰ ਦੇ ਵਿੱਚ ਵੀ ਸ਼ਾਨਦਾਰ ਕਾਰਜ ਦੇ ਲਈ 2021 ਦੇ ਨੋਬਲ ਪੁਰਸਕਾਰ ਜੇਤੂਆਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ 2021 ਦੇ ਅਰਥਸ਼ਾਸਤਰ ਦੇ ਨੋਬਲ ਪੁਰਸਕਾਰ ਦੇ ਲਈ 3 ਅਮਰੀਕੀ ਅਰਥਸ਼ਾਸਤਰੀ ਡੇਵਿਡ ਕਾਰ ਜੋਸ਼ੂਆ ਡੀ ਐਂਗਰਿਸ ਅਤੇ ਗਾਈਡੋ ਇੰਬੈਂਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਇਹ 3 ਅਮਰੀਕੀ ਅਰਥਸ਼ਾਸਤਰੀਆਂ ਨੂੰ 2021 ਦਾ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਕੁਦਰਤੀ ਪ੍ਰਯੋਗਾਂ ਤੋਂ ਸਿੱਟੇ ਕੱਢਣ ਦੇ ਕੰਮ ਦੇ ਲਈ ਸਨਮਾਨਿਤ ਕੀਤਾ ਗਿਆ ਨੋਬਲ ਪੁਰਸਕਾਰ ਦੇ ਨਾਲ ਸਨਮਾਨਿਤ ਹੋਣ ਵਾਲੇ ਇਹ ਅਰਥਸ਼ਾਸਤਰੀ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ ਮੈਸਾਚੂਸੈਟਸ ਇੰਸਟੀਟਿਊਟ ਆਫ ਟੈਕਨੋਲੋਜੀ ਦੇ ਜੋਸ਼ੂਆ ਡੀ ਐਂਗਰਿਸ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗੁਇਡੋ ਇਨਬੈਂਸ ਹਨ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ਦੇ ਵਿੱਚ ਅਨੁਭਵੀ ਕਾਰਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਦੇ ਕੈਨੇਡੀਅਨ ਮੂਲ ਦੇ ਡੇਵਿਡ ਕਾਰਡ ਨੂੰ ਘੱਟੋ ਘੱਟ ਉਜਰਤ ਇਮੀਗ੍ਰੇਸ਼ਨ ਅਤੇ ਸਿੱਖਿਆ ਕਿਰਤ ਬਾਜ਼ਾਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਸ ਬਾਰੇ ਉਸਦੀ ਖੋਜ ਦੇ ਲਈ ਅੱਧਾ ਇਨਾਮ ਦਿੱਤਾ ਗਿਆ ਜਦਕਿ ਦੂਜੇ ਅੱਧੇ ਇਨਾਮ ਨੂੰ ਮੈਸਾਚੂਸੈਟਸ ਇੰਸਟੀਟਿਊਟ ਆਫ ਟੈਕਨੋਲੋਜੀ ਦੇ ਜੇਸ਼ੂਆ ਐਂਗਰਿਸ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗਾਈਂਡੋ ਇੰਬੈਂਸ ਨੂੰ ਮਿਲਿਆ ਉਧਰ ਅਮਰੀਕੀ ਸਟੇਟ ਕੈਲੀਫੋਰਨੀਆ ਦੇ ਵਿੱਚ ਸੋਮਵਾਰ ਨੂੰ ਤੇਜ਼ ਹਵਾਵਾਂ ਦੇ ਕਾਰਨ ਬਿਜਲੀ ਸਪਲਾਈ ਦੇ ਵਿੱਚ ਵਿਘਨ ਪਿਆ ਸੂਬੇ ਦੇ ਵਿੱਚ ਤੇਜ਼ ਹਵਾਵਾਂ ਦੇ ਕਾਰਨ ਬਿਜਲੀ ਕੰਪਨੀ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਨੇ ਸੋਮਵਾਰ ਨੂੰ ਸੈਂਟਰਲ ਅਤੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਲਗਭਗ 25,000 ਗਾਹਕਾਂ ਦੀ ਬਿਜਲੀ ਬੰਦ ਕਰਨੀ ਸ਼ੁਰੂ ਕੀਤੀ ਅਤੇ ਦੱਖਣੀ ਕੈਲੀਫੋਰਨੀਆ ਦੇ ਵਿੱਚ ਬਿਜਲੀ ਕੰਪਨੀ ਐਂਡਿਨਸਨ ਨੇ ਵੀ ਆਪਣੇ 9,000 ਗਾਹਕਾਂ ਦੇ ਲਈ ਵੀ ਅਜੇ ਹਾਕ ਕਰਨ ਦੀ ਚੇਤਾਵਨੀ ਦਿੱਤੀ ਤੇਜ਼ ਹਵਾਵਾਂ ਨੇ ਦਰਖਤਾਂ ਨੂੰ ਪੁੱਟ ਦਿੱਤਾ ਜਿਸ ਦੇ ਨਾਲ ਬਿਜਲੀ ਦੀਆਂ ਲਾਈਨਾਂ ਡਿੱਗ ਪਈਆਂ ਅਤੇ ਕਈ ਛੋਟੀਆਂ ਅੱਗਾਂ ਹੋਂਦ ਦੇ ਵਿੱਚ ਆਈਆਂ ਜਿਨ੍ਹਾਂ ਨੂੰ ਬੁਝਾਉਣ ਦੇ ਲਈ ਫਾਇਰ ਫਾਈਟਰਸ ਨੇ ਜੱਦੋਜਹਿਦ ਕੀਤੀ ਤੇਜ਼ ਹਵਾਵਾਂ ਦੇ ਕਾਰਨ ਸੈਂਟਾ ਬਾਰਬਰਾ ਦੇ ਪੱਛਮ ਦੇ ਵਿੱਚ ਲੋਸ ਪੈਂਡਰਸ ਨੈਸ਼ਨਲ ਫੋਰੈਸਟ ਦੇ ਵਿੱਚ ਸ਼ੁਰੂ ਹੋਈ ਅੱਗ ਨੂੰ ਬੁਝਾਉਣ ਦੇ ਲਈ ਕਾਰਵਾਈ ਕੀਤੀ ਗਈ ਹੈ ਅੱਗ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਦੇ ਸਮੇਂ ਤੱਕ ਇਹ ਘੱਟੋ ਘੱਟ 4.5 ਵਰਗ ਮੀਲ ਤੱਕ ਵੱਧ ਗਈ ਸੀ ਜਿਸ ਦੇ ਨਾਲ 100 ਘਰ ਖੇਤਾਂ ਅਤੇ ਹੋਰ ਇਮਾਰਤਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 200 ਫਾਇਰ ਫਾਈਟਰਸ ਅੱਗ ਦੀਆਂ ਲਪਟਾਂ ਦੇ ਨਾਲ ਜੂਝ ਰਹੇ ਸਨ ਇਸ ਦੌਰਾਨ ਫਰਿਜ਼ਨੋ ਦੇ ਵਿੱਚ ਫਾਇਰ ਫਾਈਟਰਸ ਨੇ ਇੱਕ ਘਰ ਦੇ ਉੱਤੇ ਦਰਖਤ ਡਿੱਗਣ ਤੋਂ ਬਾਅਦ ਘਰ ਦੇ ਵਿੱਚ ਫਸੇ 3 ਲੋਕਾਂ ਨੂੰ ਵੀ ਬਚਾਇਆ ਉਧਰ ਇੱਕ ਅਫਗਾਨ ਟਰਾਂਸਲੇਟਰ ਜਿਸਨੇ 2008 ਦੇ ਵਿੱਚ ਸੈਨੇਟਰ ਦੇ ਤੌਰ ਦੇ ਉੱਤੇ ਸੇਵਾਵਾਂ ਨਿਭਾ ਰਹੇ ਜੋ ਬਾਈਡਨ ਦੀ ਅਫਗਾਨਿਸਤਾਨ ਦੇ ਵਿੱਚ ਮਦਦ ਕੀਤੀ ਸੀ ਉਸਨੂੰ ਅਮਰੀਕਾ ਦੀ ਸ਼ੁਰੂਆਤੀ ਨਿਕਾਸੀ ਮੁਹਿੰਮ ਦੇ ਵਿੱਚੋਂ ਪਿੱਛੇ ਰਹਿ ਜਾਣ ਤੋਂ ਬਾਅਦ ਅਖੀਰ ਦੇ ਵਿੱਚ ਸੁਰੱਖਿਅਤ ਕੱਢਿਆ ਗਿਆ ਅਮਨ ਖਲੀਲੀ ਨਾਮ ਦਾ ਇਹ ਟਰਾਂਸਲੇਟਰ ਜੋ ਕਿ ਪਹਿਲਾਂ ਸੁਰੱਖਿਆ ਕਾਰਨਾਂ ਦੇ ਕਰਕੇ ਮੁਹੰਮਦ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਪਿਛਲੇ ਹਫ਼ਤੇ ਅਫਗਾਨਿਸਤਾਨ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਆ ਗਿਆ ਸੀ ਖਲੀਲੀ ਅਤੇ ਉਸਦੇ ਪਰਿਵਾਰ ਨੇ ਅਗਸਤ ਦੇ ਵਿੱਚ ਅਮਰੀਕੀ ਸੈਨਿਕਾਂ ਦੀ ਵਾਪਸੀ ਅਤੇ ਸ਼ੁਰੂਆਤੀ ਨਿਕਾਸੀ ਦੇ ਯਤਨਾਂ ਦੇ ਅੰਤ ਤੋਂ ਬਾਅਦ ਕਈ ਹਫ਼ਤੇ ਲੁਕ ਕੇ ਬਿਤਾਏ ਹਾਲਾਂਕਿ ਅਮਰੀਕਾ ਆਪਣਾ ਸਮਾਂ ਸੀਮਾ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਅਫਗਾਨਿਸਤਾਨ ਦੇਸ਼ ਦੇ ਵਿੱਚੋਂ ਕੱਢਣ ਦੇ ਵਿੱਚ ਕਾਮਯਾਬ ਵੀ ਹੋ ਗਿਆ ਸੀ ਪਰ ਸੈਂਕੜੇ ਅਮਰੀਕਨ ਅਤੇ ਸਹਿਯੋਗੀ ਕਰਮਚਾਰੀ ਉੱਥੇ ਰਹਿ ਗਏ ਸਨ ਅਗਸਤ ਦੇ ਅੰਤ ਦੇ ਵਿੱਚ ਖਲੀਲੀ ਨੇ ਰਾਸ਼ਟਰਪਤੀ ਨੂੰ ਸਿੱਧੀ ਅਪੀਲ ਕਰਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਚਾਉਣ ਦੇ ਲਈ ਵੀ ਕਿਹਾ ਜਿਸ ਤਹਿਤ ਪਿਛਲੇ 6 ਹਫ਼ਤਿਆਂ ਦੇ ਵਿੱਚ ਅਮਰੀਕੀ ਸਾਬਕਾ ਫੌਜੀਆਂ ਨੇ ਸਾਬਕਾ ਅਫਗਾਨ ਸੈਨਿਕਾਂ ਅਤੇ ਪਾਕਿਸਤਾਨੀ ਸਹਿਯੋਗੀ ਸੰਗਠਨਾਂ ਦੇ ਨਾਲ ਮਿਲ ਕੇ ਖਲੀਲੀ ਅਤੇ ਉਸਦੇ ਪਰਿਵਾਰ ਨੂੰ ਬਾਹਰ ਕੱਢਿਆ 2008 ਦੇ ਵਿੱਚ ਉਸ ਸਮੇਂ ਦੇ ਸੈਨੇਟਰ ਜੌਨ ਕੈਰੀ ਚੱਕ ਹੈਗਲ ਅਤੇ ਬਾਈਡਨ ਅਮਰੀਕੀ ਫੌਜ ਦੇ ਬਲੈਕ ਹਾਕ ਹੈਲੀਕਾਪਟਰਾਂ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਬਰਫਾਨੀ ਤੂਫਾਨ ਦੇ ਕਾਰਨ ਅਫਗਾਨ ਪਹਾੜਾਂ ਦੇ ਵਿੱਚ ਉਤਰਨਾ ਪਿਆ ਸੀ ਖਲੀਲੀ ਜੋ ਉਸ ਸਮੇਂ 36 ਸਾਲਾਂ ਦਾ ਸੀ US ਫੌਜ ਦੇ ਨਾਲ ਦੁਭਾਸ਼ੀਏ ਵਜੋਂ ਕੰਮ ਕਰ ਰਿਹਾ ਸੀ ਉਸਨੇ ਸੈਨੇਟਰਾਂ ਦੀ ਵੀ ਮਦਦ ਕੀਤੀ ਸੀ ਖਲੀਲੀ ਇਸ ਨਿਕਾਸੀ ਮੁਹਿੰਮ ਤਹਿਤ ਆਪਣੇ ਪਰਿਵਾਰ ਸਮੇਤ ਸੋਮਵਾਰ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਰਾਹੀਂ ਪਾਕਿਸਤਾਨ ਤੋਂ ਦੋਹਾ ਕਤਰ ਦੀ ਉਡਾਣ ਦੇ ਲਈ ਤਿਆਰ ਹੋਇਆ ਸੀ
ਉਧਰ ਏਲੀਅਨਸ ਪ੍ਰਮਾਣੂ ਹਥਿਆਰਾਂ ਦੇ ਨਾਲ ਛੇੜਛਾੜ ਕਰਕੇ ਦੁਨੀਆ ਨੂੰ ਤੀਸਰੇ ਵਿਸ਼ਵ ਯੁੱਧ ਵੱਲ ਧੱਕ ਸਕਦੇ ਨੇ। ਇਹ ਸਨਸਨੀਖੇਜ਼ ਦਾਅਵਾ ਅਮਰੀਕਾ ਦੇ ਸਾਬਕਾ ਫੌਜੀ ਅਧਿਕਾਰੀ ਨੇ ਕੀਤਾ। ਇਸ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਨੇ ਪ੍ਰਮਾਣੂ ਹਥਿਆਰ ਪ੍ਰਣਾਲੀਆਂ ਦੇ ਨਾਲ ਏਲੀਅਨਸ ਨੂੰ ਛੇੜਛਾੜ ਕਰਦੇ ਵੇਖਿਆ। ਉਹ ਛੇਤੀ ਇਸ ਬਾਰੇ ਸਬੂਤ ਵੀ ਪੇਸ਼ ਕਰਨ ਵਾਲੇ ਨੇ। ਅਮਰੀਕਾ ਦੇ ਸਾਬਕਾ ਹਵਾਈ ਫੌਜ ਅਧਿਕਾਰੀ ਰੌਬਰਟ ਸਾਲਾਸ ਦਾ ਦਾਅਵਾ ਹੈ ਕਿ 24 ਮਾਰਚ 1967 ਨੂੰ ਉਹਨਾਂ ਦੀਆਂ ਸਾਰੀਆਂ 10 ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲਾਂ ਨਕਾਰਾ ਹੋ ਗਈਆਂ ਨੇ। ਉਸ ਸਮੇਂ ਉਹ ਮੋਂਟਾਨਾ ਦੇ ਵਿੱਚ ਮੌਲਮਸਟ੍ਰਾਮ ਏਅਰਫੋਰਸ ਬੇਸ ਦੇ ਵਿੱਚ ਇੱਕ ਭੂਮੀਗਤ ਲਾਂਚ ਸਿਸਟਮ ਦੇ ਔਨ ਡਿਊਟੀ ਕਮਾਂਡਰ ਸਨ। ਰੌਬਰਟ ਸਾਲਾਸ ਦਾਅਵਾ ਕਰਦੇ ਨੇ ਕਿ UFO ਨੇ ਪ੍ਰਮਾਣੂ ਟਿਕਾਣਿਆਂ ਅਤੇ ਹਥਿਆਰ ਪ੍ਰਣਾਲੀਆਂ ਨੂੰ ਨਕਾਰਾ ਵੀ ਕਰ ਦਿੱਤਾ ਹੈ, ਫਿਰ ਉਹਨਾਂ ਨੇ ਮਿਜ਼ਾਈਲਾਂ ਨੂੰ ਲਾਂਚ ਵੀ ਕਰ ਦਿੱਤਾ। ਹਾਲਾਂਕਿ ਕਾਊਂਟਿੰਗ ਸ਼ੁਰੂ ਹੁੰਦੇ ਹੀ ਲਾਂਚ ਨੂੰ ਰੋਕ ਲਿਆ ਗਿਆ। ਸਾਲਾਸ ਦਾ ਵੀ ਕਹਿਣਾ ਹੈ ਕਿ ਠੀਕ 8 ਦਿਨ ਪਹਿਲਾਂ ਯਾਨੀ ਕਿ 16 ਮਾਰਚ 1967 ਨੂੰ ਵੀ ਇਸੇ ਤਰ੍ਹਾਂ ਦੀ ਘਟਨਾ ਇੱਕ ਹੋਰ ਮਿਜ਼ਾਈਲ ਲਾਂਚ ਸਿਸਟਮ ਦੇ ਨਾਲ ਹੋਈ ਸੀ। ਉਹਨਾਂ ਦਾ ਦਾਅਵਾ ਹੈ ਕਿ ਏਲੀਅਨਸ ਇਸ ਤਰ੍ਹਾਂ ਤੀਜਾ ਵਿਸ਼ਵ ਯੁੱਧ ਕਰਵਾ ਸਕਦੇ ਨੇ। ਸੂਤਰਾਂ ਦੇ ਮੁਤਾਬਕ ਪਰ ਹੁਣ ਰੌਬਰਟ ਸਾਲਾਸ ਸਮੇਤ 4 ਸਾਬਕਾ ਫੌਜੀ ਅਧਿਕਾਰੀ ਪ੍ਰਮਾਣੂ ਹਥਿਆਰਾਂ ਦੇ ਨਾਲ UFO ਦੇ ਇਸ ਕਥਿਤ ਦਖਲਅੰਦਾਜ਼ੀ ਦੇ ਮਾਮਲਿਆਂ ਦੇ ਬਾਰੇ ਗੱਲ ਕਰਨਗੇ ਅਤੇ ਸਰਕਾਰੀ ਦਸਤਾਵੇਜ਼ਾਂ ਦਾ ਵੀ ਖੁਲਾਸਾ ਕਰਨਗੇ। 4 ਸਾਬਕਾ ਫੌਜੀ ਅਧਿਕਾਰੀ 19 ਅਕਤੂਬਰ 2021 ਨੂੰ ਪ੍ਰੈਸ ਕਾਨਫਰੰਸ ਕਰਨ ਵਾਲੇ ਨੇ। ਉਧਰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਤੇ ਅੰਸ਼ਕ ਤੌਰ ਦੇ ਉੱਤੇ ਵੈਕਸੀਨੇਸ਼ਨ ਕਰਵਾ ਚੁੱਕੇ ਟੋਰੋਂਟੋ ਵਾਸੀਆਂ ਦੇ ਵਿਚਾਲੇ ਪਾੜੇ ਨੂੰ ਖਤਮ ਕਰਨ ਦੇ ਲਈ ਟੋਰੋਂਟੋ ਹੁਣ ਉਹਨਾਂ ਨੂੰ 50,000 ਰੈਜੀਡੈਂਸ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰੇਗਾ ਜਿਨ੍ਹਾਂ ਨੇ ਅਜੇ ਤੱਕ COVID-19 ਦੀ ਆਪਣੀ ਦੂਜੀ ਡੋਜ਼ ਨਹੀਂ ਲਗਵਾਈ। ਇਸ ਸਮੇਂ ਟੋਰੋਂਟੋ ਦੇ 1,23,000 ਰੈਜੀਡੈਂਸ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ COVID-19 ਵੈਕਸੀਨ ਦੀ ਸਿਰਫ ਪਹਿਲੀ ਹੀ ਡੋਜ਼ ਲਗਵਾਈ ਗਈ ਹੈ। 48,200 ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸੈਕਿੰਡ ਡੋਜ਼ ਲੱਗਣ ਦੀ ਮਿਤੀ ਵੀ ਟੱਪ ਚੁੱਕੀ ਹੈ। ਇਸ ਨਵੀਂ ਰਣਨੀਤੀ ਦੇ ਤਹਿਤ ਮੰਗਲਵਾਰ ਨੂੰ ਦਿੱਤੀ ਗਈ ਬਰੀਫਿੰਗ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਨ੍ਹਾਂ ਨੇ ਅੰਸ਼ਕ ਤੌਰ ਦੇ ਉੱਤੇ ਵੈਕਸੀਨੇਸ਼ਨ ਕਰਵਾਈ ਹੈ ਉਹਨਾਂ ਤੱਕ ਸਿਟੀ ਦੇ ਵੱਲੋਂ ਫੋਨ ਕਾਲਸ ਟੈਕਸਟ ਮੈਸੇਜ ਰਾਹੀਂ ਪਹੁੰਚ ਕੀਤੀ ਜਾਵੇਗੀ। ਇਹਨਾਂ ਮੈਸੇਜ ਤੇ ਫੋਨ ਕਾਲਸ ਰਾਹੀਂ ਉਹਨਾਂ ਦੇ ਅੜਿੱਕੇ ਵੀ ਦੂਰ ਕੀਤੇ ਜਾਣਗੇ ਜਿਹੜੇ ਵੈਕਸੀਨੇਸ਼ਨ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਘੇਰੀ ਬੈਠੇ ਨੇ। ਬੋਰਡ ਆਫ ਹੈਲਥ ਦੇ ਚੇਅਰ ਜੌਕ ਰੇਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਤੁਹਾਡੀ ਡੈਂਟਿਸਟ ਜਾਂ ਫਿਰ ਡਾਕਟਰ ਦੀ ਅਪੁਆਇੰਟਮੈਂਟ ਦੇ ਲਈ ਤੁਹਾਨੂੰ ਚੇਤੇ ਕਰਵਾਇਆ ਜਾਂਦਾ ਹੈ। ਇਸ ਸਮੇਂ ਵੀ ਤੁਹਾਨੂੰ ਸੈਕਿੰਡ ਡੋਜ਼ ਦੇ ਲਈ ਯਾਦ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਲੀਨਿਕ ਤੱਕ ਪਹੁੰਚਣ ਦੇ ਲਈ ਤੁਹਾਨੂੰ ਰਾਈਡ ਦੀ ਲੋੜ ਹੈ, ਟੀਕਾ ਲਗਵਾਉਣ ਜਾਣ ਵਾਸਤੇ ਤੁਹਾਨੂੰ ਚਾਈਲਡ ਕੇਅਰ ਦੀ ਲੋੜ ਹੈ, ਕੀ ਤੁਸੀਂ ਆਪਣੇ ਤੌਖਲੇ ਮਿਟਾਉਣ ਦੇ ਲਈ ਕਿਸੇ ਪਬਲਿਕ ਹੈਲਥ ਨਰਸ ਤੋਂ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਹੋ। ਅਜਿਹਾ ਇਸ ਦੇ ਲਈ ਤਾਂ ਕਿ ਤੁਹਾਡੇ ਮਨ ਦੀ ਦੁਚਿੱਤੀ ਨੂੰ ਖਤਮ ਕੀਤਾ ਜਾ ਸਕੇ। ਇੱਥੇ ਦੱਸਣਾ ਵੀ ਬਣਦਾ ਹੈ ਕਿ ਟੋਰੋਂਟੋ ਦੇ 86% ਰੈਜੀਡੈਂਸ ਤੋਂ ਵੱਧ COVID-19 ਵੈਕਸੀਨ ਦੇ ਘੱਟੋ ਘੱਟ ਇੱਕ ਡੋਜ਼ ਲਗਵਾ ਚੁੱਕੇ ਨੇ ਅਤੇ 82% ਪੂਰੀ ਤਰ੍ਹਾਂ ਇਮਿਊਨਾਈਜ਼ਡ ਹੋ ਚੁੱਕੇ ਨੇ। ਸਿਟੀ ਦਾ ਵੀ ਕਹਿਣਾ ਹੈ ਕਿ ਉਸਦਾ ਟੀਚਾ ਜਲਦ ਤੋਂ ਜਲਦ 90% ਰੈਜੀਡੈਂਸ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨਾ ਹੈ। ਉਧਰ ਪੱਛਮੀ ਸਿਰੇ ਦੇ ਉੱਤੇ ਕਈ ਗੱਡੀਆਂ ਦੇ ਆਪਸ ਦੇ ਵਿੱਚ ਟਕਰਾ ਜਾਣ ਦੇ ਕਾਰਨ 2 ਵਿਅਕਤੀ ਮਾਰੇ ਗਏ ਜਦਕਿ 3 ਹੋਰ ਜ਼ਖਮੀ ਹੋਏ ਨੇ। ਇਹ ਹਾਦਸਾ ਸਪਰਿੰਗ ਐਂਡ ਪਾਰਕ ਸਾਈਡ ਡਰਾਈਵ ਦੇ ਉੱਤੇ ਮੰਗਲਵਾਰ ਨੂੰ ਦੁਪਹਿਰ 4:40 ਦੇ ਨੇੜੇ ਤੇੜੇ ਵਾਪਰਿਆ। ਪੁਲਿਸ ਦੱਸਿਆ ਕਿ ਇੱਕ ਕਾਲੇ ਰੰਗ ਦੀ BMW ਪੂਰੀ ਤੇਜ਼ ਰਫ਼ਤਾਰ ਦੇ ਨਾਲ ਪਾਰਕ ਸਾਈਡ ਡਰਾਈਵ ਦੇ ਉੱਤੇ ਦੱਖਣ ਦੇ ਵੱਲ ਜਾ ਰਹੀ ਸੀ। ਇਸ ਗੱਡੀ ਨੇ ਅਜਿਹੀ ਗੱਡੀ ਨੂੰ ਟੱਕਰ ਮਾਰੀ ਜਿਹੜੀ ਕਿ ਟ੍ਰੈਫਿਕ ਦੇ ਵਿੱਚ ਉਡੀਕ ਕਰ ਰਹੀ ਸੀ। ਇਸ ਦੇ ਨਾਲ ਹੀ ਅਜਿਹਾ ਚੇਨ ਰਿਐਕਸ਼ਨ ਸ਼ੁਰੂ ਹੋਇਆ ਕਿ ਇੱਕ ਗੱਡੀ ਦੂਜੀ ਦੇ ਵਿੱਚ ਅਤੇ ਦੂਜੀ ਤੀਜੀ ਦੇ ਵਿੱਚ ਜਾ ਕੇ ਟਕਰਾਈ। ਇਸ ਘਟਨਾ ਦੇ ਵਿੱਚ 71 ਸਾਲਾ ਪੁਰਸ਼ ਤੇ 69 ਸਾਲਾ ਮਹਿਲਾ ਦੀ ਮੌਤ ਹੋ ਗਈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇੱਕੋ ਗੱਡੀ ਦੇ ਵਿੱਚ ਸਵਾਰ ਸਨ, ਪਰ ਪੁਲਿਸ ਇਹ ਪਤਾ ਨਹੀਂ ਲਗਾ ਪਾ ਰਹੀ ਕਿ ਦੋਵਾਂ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਸੀ। ਇੱਕ 38 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ 2 ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਉਧਰ ਰੈਕਸਡੇਲ ਦੇ ਵਿੱਚ ਇੱਕ ਮਾਂ ਅਤੇ ਉਸਦੇ 4 ਮਹੀਨੇ ਦੇ ਬੱਚੇ ਨੂੰ ਕੁਝ ਰਾਹਗੀਰਾਂ ਦੇ ਵੱਲੋਂ ਉਸ ਵੇਲੇ ਬਚਾ ਲਿਆ ਗਿਆ ਜਦੋਂ ਉਹਨਾਂ ਦੀ ਗੱਡੀ ਪਲਟ ਗਈ। ਇਹ ਜਾਣਕਾਰੀ ਟੋਰੋਂਟੋ ਪੁਲਿਸ ਨੇ ਦਿੱਤੀ। ਮੰਗਲਵਾਰ ਸਵੇਰੇ 9 ਵਜੇ ਤੋਂ ਤੁਰੰਤ ਬਾਅਦ ਪੁਲਿਸ ਨੂੰ ਕਾਲ ਆਈ ਹੈ ਕਿ ਐਲਬੀਅਨ ਰੋਡ 'ਤੇ ਆਰਕੋਟ ਬੋਲੀਵਿਆਰਡ ਦੇ ਲਾਂਘੇ ਦੇ ਉੱਤੇ 2 ਗੱਡੀਆਂ ਦੇ ਟੱਕਰ ਤੋਂ ਬਾਅਦ ਇੱਕ ਗੱਡੀ ਪਲਟ ਚੁੱਕੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਰਾਹਗੀਰ ਤੁਰੰਤ ਹਰਕਤ ਦੇ ਵਿੱਚ ਆਏ ਅਤੇ ਪਲਟੀ ਹੋਈ ਕਾਰ ਦੇ ਵਿੱਚ ਮੌਜੂਦ ਮਾਂ ਅਤੇ ਉਸਦੇ 4 ਮਹੀਨੇ ਦੇ ਬੱਚੇ ਨੂੰ ਬਾਹਰ ਕੱਢ ਲਿਆ। ਟੋਰੋਂਟੋ ਪੁਲਿਸ ਮੀਡੀਆ ਰਿਲੇਸ਼ਨਸ ਆਫਿਸਰ ਐਡਵਰਕ ਪਾਰਕਰਸ ਨੇ ਦੱਸਿਆ ਹੈ ਕਿ ਰਾਹਗੀਰਾਂ ਨੇ ਬਹੁਤ ਵਧੀਆ ਕੰਮ ਕੀਤਾ। ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਰਾਹਗੀਰਾਂ ਨੇ ਹਾਦਸਾ ਵੇਖਣ ਤੋਂ ਬਾਅਦ ਆਪਣੀਆਂ ਗੱਡੀਆਂ ਰੋਕੀਆਂ ਅਤੇ ਲਾਂਘੇ ਨੂੰ ਸੇਫਟੀ ਦੇ ਲਈ ਬੰਦ ਕਰ ਦਿੱਤਾ ਤਾਂ ਕਿ ਉਹ ਗੱਡੀ ਦੇ ਵਿੱਚ ਫਸੀ ਮਾਂ ਅਤੇ ਬੱਚੇ ਦੀ ਮਦਦ ਕਰ ਸਕਣ। ਪੁਲਿਸ ਨੇ ਵੀ ਆਖਿਆ ਕਿ ਮਾਂ ਅਤੇ ਬੱਚੇ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਅਤੇ ਉਹਨਾਂ ਨੂੰ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਨੇ। ਟੋਰੋਂਟੋ ਪੁਲਿਸ ਦੇ ਸਰਜੈਂਟ ਮੂਰੇ ਕੈਂਪ ਬੈਲ ਨੇ ਆਖਿਆ ਕਿ ਜੇ ਰਾਹਗੀਰਾਂ ਨੇ ਸੂਝਬੂਝ ਤੋਂ ਕੰਮ ਨਾ ਲਿਆ ਹੁੰਦਾ ਤਾਂ ਬੱਚੇ ਨੂੰ ਸੁਰੱਖਿਅਤ ਬਾਹਰ ਨਹੀਂ ਸੀ ਕੱਢਿਆ ਜਾਣਾ। ਉਹਨਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਅਤੇ ਹਾਦਸੇ ਦੇ ਵਿੱਚ ਸ਼ਾਮਲ ਦੂਜੀ ਗੱਡੀ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵੀ ਕਰ ਲਈ ਹੈ। ਉਧਰ ਜੰਮੂ ਕਸ਼ਮੀਰ ਦੇ ਵਿੱਚ ਜਵਾਨਾਂ ਦੀ ਸ਼ਹਾਦਤ ਦੇ ਪਿੱਛੋਂ ਫੌਜ ਐਕਸ਼ਨ ਦੇ ਵਿੱਚ ਆ ਚੁੱਕੀ ਹੈ। ਬੀਤੇ 24 ਘੰਟਿਆਂ ਦੇ ਦੌਰਾਨ 7 ਆਤੰਕਵਾਦੀਆਂ ਦਾ ਸਫਾਇਆ ਕਰ ਦਿੱਤਾ ਗਿਆ। ਸ਼ੋਪੀਆਂ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਫੋਰਸਾਂ ਦੇ ਨਾਲ ਹੋਏ ਇੱਕ ਮੁਕਾਬਲੇ ਦੇ ਦੌਰਾਨ 5 ਆਤੰਕਵਾਦੀ ਮਾਰੇ ਗਏ ਨੇ। ਦੱਖਣੀ ਕਸ਼ਮੀਰ ਦੇ ਵਿੱਚ ਵੀ ਗੋਲੀਬਾਰੀ ਦੇ ਦੌਰਾਨ 2 ਅਗਿਆਤ ਅੱਤਵਾਦੀ ਢੇਰ ਹੋ ਗਏ ਨੇ।
ਕਾਰਵਾਈ ਦੇ ਦੌਰਾਨ ਮਾਰੇ ਗਏ ਸੱਤ ਆਤੰਕਵਾਦੀਆਂ ਦੇ ਵਿੱਚੋਂ ਇੱਕ ਅਨੰਤਨਾਗ ਅਤੇ ਦੂਜਾ ਬਾਂਦੀਪੁਰਾ ਦੇ ਵਿੱਚ ਮਾਰਿਆ ਗਿਆ। ਇਹਨਾਂ ਦੇ ਵਿੱਚੋਂ ਇੱਕ ਆਤੰਕਵਾਦੀ ਬਿਹਾਰ ਦੇ ਮਜ਼ਦੂਰਾਂ ਦੀ ਹੱਤਿਆ ਦੇ ਵਿੱਚ ਸ਼ਾਮਲ ਸੀ। ਉਧਰ ਜੰਮੂ ਦੇ ਵਿੱਚ ਪੁਲਿਸ ਨੇ ਆਤੰਕਵਾਦੀ ਸੰਗਠਨ ਲਸ਼ਕਰੇ ਤੌਬਾ ਦੇ ਨਾਲ ਜੁੜੇ ਇੱਕ ਪਾਕਿਸਤਾਨੀ ਹੈਂਡਲਰ ਨੂੰ ਗ੍ਰਿਫਤਾਰ ਕੀਤਾ। ਉਸਨੇ 2 ਅਕਤੂਬਰ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਦੇ ਵਿੱਚ ਡਰੋਨ ਨਾਲ ਡੇਗੀ ਗਏ ਵਿਸਫੋਟਕ ਪਦਾਰਥਾਂ ਦੀ ਖੇਪ ਵੀ ਹਾਸਲ ਕਰਨੀ ਸੀ। ਜੰਮੂ ਖੇਤਰ ਦੇ ਸੀਨੀਅਰ ਪੁਲਿਸ ਮੁਖੀ ਮੁਕੇਸ਼ ਸਿੰਘ ਨੇ ਦੱਸਿਆ ਹੈ ਕਿ ਵਿਸਫੋਟਕ ਪਦਾਰਥ ਹਾਸਲ ਕਰਨ ਦੇ ਮਾਮਲੇ ਦੇ ਵਿੱਚ ਇਰਫਾਨ ਅਹਿਮਦ ਭੱਟ ਨਾਮੀ ਉਕਤ ਹੈਂਡਲਰ ਨੂੰ ਅਨੰਤਨਾਗ ਤੋਂ ਗ੍ਰਿਫਤਾਰ ਕੀਤਾ ਗਿਆ। ਸਤਵਾਰੀ ਪੁਲਿਸ ਥਾਣਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਭੱਟ ਨੇ ਇਹ ਵੀ ਮੰਨਿਆ ਹੈ ਕਿ ਉਹ ਲਸ਼ਕਰੇ ਦੇ ਵਿੱਚ ਯੋਜਨਾਵਾਂ ਦੇ ਵਿੱਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ 11 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਆਤੰਕਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਇੱਕ ਜੂਨੀਅਰ ਕਮਿਸ਼ਨਰ ਅਧਿਕਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ, ਜਿਸ ਦੇ ਵਿੱਚ 26 ਸਾਲ ਦੇ ਸਰਜ ਸਿੰਘ ਵੀ ਸ਼ਾਮਲ ਹੋਏ ਸਨ। ਫੌਜ ਨੂੰ ਪੁੰਛ ਜ਼ਿਲ੍ਹੇ ਦੇ ਇੱਕ ਜੰਗਲ ਦੇ ਵਿੱਚ ਆਤੰਕਵਾਦੀਆਂ ਦੇ ਲੁਕੇ ਹੋਣ ਦੀ ਵੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਮੁਹਿੰਮ ਚਲਾਈ, ਜਿਸ ਦੇ ਵਿੱਚ ਭਾਰਤੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਨੇ। ਉਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਕੋਲਾ ਸਪਲਾਈ ਅਤੇ ਬਿਜਲੀ ਉਤਪਾਦਨ ਨੂੰ ਲੈ ਕੇ ਸਮੀਖਿਆ ਬੈਠਕ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਸਰਕਾਰ ਕਈ ਰਾਜਾਂ ਦੇ ਵੱਲੋਂ ਝੱਲੇ ਜਾ ਰਹੇ ਊਰਜਾ ਸੰਕਟ ਨੂੰ ਘੱਟ ਕਰਨ ਦੇ ਤਰੀਕਿਆਂ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਬਿਜਲੀ ਸਕੱਤਰ ਆਲੋਕ ਕੁਮਾਰ ਅਤੇ ਕੋਲਾ ਸਕੱਤਰ AK ਜੈਨ ਨੇ ਕੋਲਾ ਅਤੇ ਬਿਜਲੀ ਦੀ ਉਪਲਬਧਤਾ 'ਤੇ ਇੱਕ ਪੇਸ਼ਕਾਰੀ ਵੀ ਦਿੱਤੀ ਹੈ। ਸੂਤਰਾਂ ਨੇ ਵੀ ਕਿਹਾ ਕਿ ਬੈਠਕ ਦੌਰਾਨ ਕੋਲੇ ਦੀ ਸਪਲਾਈ ਨੂੰ ਵਧਾਉਣ ਦੇ ਤਰੀਕਿਆਂ ਦੇ ਉੱਤੇ ਵੀ ਚਰਚਾ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਕੋਲਾ ਮੰਤਰਾਲਾ ਨੂੰ ਕੋਲੇ ਦੀ ਸਪਲਾਈ ਵਧਾਉਣ ਦੇ ਲਈ ਕਿਹਾ ਗਿਆ, ਜਦਕਿ ਰੇਲਵੇ ਨੂੰ ਬਿਜਲੀ ਯੂਨਿਟਾਂ ਤੱਕ ਬਾਲਣ ਪਹੁੰਚਾਉਣ ਦੇ ਲਈ ਰੈਕ ਉਪਲਬਧ ਕਰਵਾਉਣ ਨੂੰ ਕਿਹਾ ਗਿਆ। ਕੋਲੇ ਦੀ ਕਮੀ ਦੇ ਕਾਰਨ ਰਾਜਸਥਾਨ ਤੋਂ ਲੈ ਕੇ ਕੇਰਲ ਦੇ ਵਿੱਚ ਲੋਕਾਂ ਨੂੰ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪਿਆ। ਸੰਕਟ ਨੂੰ ਘੱਟ ਕਰਨ ਦੇ ਲਈ ਕੇਂਦਰੀ ਬਿਜਲੀ ਮੰਤਰਾਲਾ ਨੇ ਰਾਜਾਂ ਨੂੰ ਐਕਸਚੇਂਜ ਦੇ ਉੱਚ ਕੀਮਤਾਂ ਉੱਤੇ ਬਿਜਲੀ ਨਾ ਵੇਚਣ ਤੋਂ ਲੈ ਕੇ ਸਮਰੱਥ ਸਪਲਾਈ ਯਕੀਨੀ ਬਣਾਉਣ ਦੇ ਲਈ ਰਾਜਾਂ ਦੇ ਵਿੱਚ ਬਿਜਲੀ ਉਤਪਾਦਕਾਂ ਨੂੰ ਨਿਰਦੇਸ਼ ਦੇਣ ਤੱਕ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ। ਉਧਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੂਨੀਆ ਦੇ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਤੇ ਪੱਤਰਕਾਰ ਰਮਨ ਕਸ਼ਪ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ। ਜਿਸ ਥਾਂ ਤੇ ਹਿੰਸਾ ਹੋਈ ਉਸਦੇ ਨੇੜੇ ਹੀ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ। ਅਰਦਾਸ ਸਭਾ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਆਲੇ ਦੁਆਲੇ ਦੇ ਕਿਸਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਇਸ ਸਮਾਗਮ ਦੇ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਕਿਆ, ਜਗਜੀਤ ਡੱਲੇਵਾਲ, ਜੁਗਿੰਦਰ ਉਗਰਾਹਾ, ਦਰਸ਼ਨ ਪਾਲ, ਮਨਜੀਤ ਰਾਏ, ਕ੍ਰਿਸ਼ਨ ਪ੍ਰਸਾਦ, ਬਲਦੇਵ ਸਿੰਘ, ਬਲਦੇਵ ਸਿਰਸਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਰਾਜ ਸਭਾ ਮੈਂਬਰ ਦੁਪਿੰਦਰ ਹੁੱਡਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਆਦਿ ਸਿਆਸੀ ਆਗੂ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਪਹੁੰਚੇ ਸਨ। ਇਸ ਮੌਕੇ ਮੰਚ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਮੋਦੀ ਸਰਕਾਰ ਤੇ ਸ਼ਬਦੀ ਹਮਲਾ ਵੀ ਬੋਲਿਆ। ਉਗਰਾਹਾ ਨੇ ਕਿਹਾ ਕਿ ਲਖੀਮਪੁਰ ਹਿੰਸਾ ਦੇ ਦੋਸ਼ੀ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ। ਇਸੇ ਕਰਕੇ ਹੀ ਅਸੀਂ ਕਹਿੰਦੇ ਹਾਂ ਕਿ ਇਹ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਹੈ, ਇਹ ਸਰਕਾਰ ਸਾਡੀ ਕਦੇ ਨਹੀਂ ਬਣ ਸਕਦੀ। ਲਖੀਮਪੁਰ ਹਿੰਸਾ ਦੇ ਬਾਰੇ ਉਗਰਾਹਾ ਨੇ ਕਿਹਾ ਕਿ ਅਸੀਂ ਸ਼ਾਂਤਮਈ ਰਹੇ ਹਾਂ, ਸਾਡੇ ਕਿਸਾਨ ਮੁੰਡੇ ਕਾਲੀ ਝੰਡੀ ਨਾਲ ਸ਼ਾਂਤਮਈ ਵਿਰੋਧ ਕਰਦੇ ਨਜ਼ਰ ਆ ਰਹੇ ਨੇ, ਭਾਵੇਂ ਤੁਸੀਂ ਵੀਡੀਓ ਵੇਖ ਲਓ। ਉਗਰਾਹਾ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੂੰ ਵੰਗਾਰਦਿਆਂ ਹੋਇਆਂ ਕਿਹਾ ਕਿ ਮੋਦੀ ਸਾਹਿਬ ਆਵੇਂਗੇ ਤੇਰੇ ਇਲਾਕੇ ਦੇ ਵਿੱਚ ਵੀ, ਤੈਨੂੰ ਵੀ ਵੇਖ ਲਵਾਂਗੇ, ਅਸੀਂ ਸਬਰ ਦੇ ਨਾਲ ਮੁਕਾਬਲਾ ਕਰਦੇ ਰਹਾਂਗੇ ਅਤੇ ਅਖੀਰ ਨੂੰ ਜਿੱਤ ਕੇ ਵੀ ਜਾਵਾਂਗੇ। ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਕਿਸਾਨ ਆਗੂ ਰਾਕੇਸ਼ ਟਕਿਆ, ਜੋਗਿੰਦਰ ਸਿੰਘ ਉਗਰਾਹਾ, ਯੋਗਿੰਦਰ ਯਾਦਵ ਸਮੇਤ ਕਈ ਕਿਸਾਨ ਆਗੂ ਪੁੱਜੇ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖਾਸ ਗੱਲ ਇਹ ਹੈ ਕਿ ਮੋਰਚੇ ਦੇ ਵੱਲੋਂ ਕਿਸੇ ਵੀ ਸਿਆਸੀ ਆਗੂ ਨੂੰ ਅੰਤਿਮ ਅਰਦਾਸ ਦੇ ਵਿੱਚ ਮੰਚ ਸਾਂਝਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਸਿਰਫ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਮੌਜੂਦ ਰਹੇ ਅਤੇ ਉਹਨਾਂ ਨੇ ਹੀ ਮੰਚ ਤੋਂ ਮੋਦੀ ਸਰਕਾਰ ਨੂੰ ਘੇਰਿਆ। ਉਧਰ ਪੰਜਾਬ ਦੇ 6,000 ਕਰੋੜ ਦੇ ਡਰੱਗ ਰੈਕੇਟ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ। ਇਸ ਬਾਰੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਸਾਹਮਣੇ ਆਇਆ। ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਇਹ ਵੀ ਲਿਖਿਆ ਕਿ ਮਜੀਠੀਆ ਦੇ ਨਾਲ ਜੁੜੀ ਬਹੁ ਕਰੋੜੀ ਡਰੱਗ ਰੈਕੇਟ ਤੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਅੱਜ ਮਾਣਯੋਗ ਹਾਈ ਕੋਰਟ ਦੇ ਵਿੱਚ ਖੋਲ੍ਹੀ ਜਾਵੇਗੀ। ਉਹਨਾਂ ਨੇ ਕਿਹਾ ਕਿ 3.5 ਸਾਲਾਂ ਦੀ ਉਡੀਕ ਮਗਰੋਂ ਨਿਆਂਪਾਲਿਕਾ ਮੁੱਖ ਦੋਸ਼ੀ ਦਾ ਨਾਂ ਦੱਸੇਗੀ। ਦੱਸਣਯੋਗ ਹੈ ਕਿ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਡਰੱਗ ਮਾਮਲੇ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ ਨੂੰ ਪਿਛਲੀ ਸੁਣਵਾਈ ਦੇ ਦੌਰਾਨ ਮਨਜ਼ੂਰੀ ਦਿੱਤੀ ਗਈ ਸੀ। ਪਹਿਲਾਂ ਇਸ ਮਾਮਲੇ ਦੀ ਸੁਣਵਾਈ ਨਵੰਬਰ ਮਹੀਨੇ ਦੇ ਵਿੱਚ ਹੋਣੀ ਸੀ, ਜਦਕਿ ਪਿਛਲੀ ਸੁਣਵਾਈ ਦੇ ਦੌਰਾਨ 13 ਅਕਤੂਬਰ ਨੂੰ ਤੈਅ ਕੀਤੀ ਗਈ। ਉਧਰ ਦਿੱਲੀ ਦੇ ਬਿਜਲੀ ਸੰਕਟ ਤੇ ਸਾਬਕਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਉਮੀਦ ਕਰਦੇ ਨੇ ਕਿ ਜਨਤਾ ਉਹਨਾਂ ਦੇ ਝੂਠੇ ਤੇ ਵਿਸ਼ਵਾਸ ਕਰ ਲੇਗੀ, ਉਹ ਵੀ ਉਦੋਂ ਜਦੋਂ ਕਿ ਉਹ 300 ਯੂਨਿਟ ਮੁਫ਼ਤ ਬਿਜਲੀ ਦਿੱਲੀ ਵਾਸੀਆਂ ਨੂੰ ਨਹੀਂ ਦੇ ਸਕਦੇ। ਹਰਸਿਮਰਤ ਨੇ ਕਿਹਾ ਕਿ ਪੰਜਾਬ ਮਜ਼ਾਕ ਦੇ ਮੂਡ ਵਿੱਚ ਨਹੀਂ ਹੈ। ਹਰਸਿਮਰਤ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਕੇਜਰੀਵਾਲ ਦੁਬਾਰਾ ਪੰਜਾਬ ਉਦੋਂ ਆਏ ਹਨ ਜਦੋਂ ਉਹ ਅਧਿਕਾਰਤ ਤੌਰ ਤੇ ਪੰਜਾਬ ਦੇ ਪਾਵਰ ਪਲਾਂਟਸ ਨੂੰ ਬੰਦ ਕਰਨ ਅਤੇ ਉਹਨਾਂ ਦੇ ਕੋਲੇ ਨੂੰ ਦਿੱਲੀ ਵੱਲ ਮੋੜਨ ਦੀ ਮੰਗ ਕਰ ਚੁੱਕੇ ਨੇ। ਹਰਸਿਮਰਤ ਨੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਚੰਨ ਦਾ ਵਾਅਦਾ ਕਰਨਗੇ, ਜਦਕਿ ਦਿੱਲੀ ਵਾਸੀਆਂ ਦੇ ਕਾਲੀ ਦੀਵਾਲੀ ਦਾ ਡਰ ਮੰਡਰਾ ਰਿਹਾ। ਦਿੱਲੀ ਸਰਕਾਰ ਦੇ ਕੋਲ ਲੋਕਾਂ ਦੇ ਲਈ ਬਿਜਲੀ ਖਰੀਦਣ ਦੇ ਵੀ ਪੈਸੇ ਨਹੀਂ ਹਨ, ਬਾਵਜੂਦ ਇਸ
ਉਧਰ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਘਰ ਅੱਗੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਇੱਟਾਂ ਤੇ ਰੋੜੇ ਵੀ ਚੱਲੇ। ਇਸ ਝੜਪ ਦੇ ਵਿੱਚ DSP ਸਣੇ ਅੱਧੀ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ। ਮੰਗਲਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਮੀਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਮੋਰਿੰਡਾ ਦੇ ਵਿੱਚ ਰੋਸ ਪ੍ਰਦਰਸ਼ਨ ਕੱਢਿਆ ਅਤੇ ਬਾਅਦ ਵਿੱਚ CM ਚੰਨੀ ਵੱਲ ਜਾਂਦੀ ਮੁੱਖ ਸੜਕ ਢੋਲ ਮਾਜਰਾ ਦੀ ਟੀ ਪੁਆਇੰਟ ਤੇ ਜਾਮ ਲਗਾ ਕੇ ਉਹ ਬੈਠ ਗਏ। ਉਹਨਾਂ ਨੇ CM ਦੀ ਰਿਹਾਇਸ਼ ਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਥਰਾਅ ਸ਼ੁਰੂ ਹੋ ਗਿਆ। ਇੱਟ ਪੱਥਰ ਚੱਲੇ ਅਤੇ ਪੁਲਿਸ ਨੂੰ ਮਜਬੂਰੀ ਦੇ ਵਿੱਚ ਲਾਠੀਚਾਰਜ ਵੀ ਕਰਨਾ ਪਿਆ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਦੇ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਂਦ ਨੇ ਦੱਸਿਆ ਹੈ ਕਿ ਉਹ ਆਪਣੇ ਹਿੱਸੇ ਦੀ ਜ਼ਮੀਨ ਲੈਣ ਦੇ ਲਈ ਸੰਘਰਸ਼ ਕਰ ਰਹੇ ਨੇ। ਚੰਨੀ ਦੇ ਮੁੱਖ ਮੰਤਰੀ ਬਣਨ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਦੀ ਆਸ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਗਰੀਬਾਂ ਦੇ ਮਸਲੇ ਹੱਲ ਵੀ ਕਰਨੇ ਚਾਹੀਦੇ ਨੇ। ਉਹਨਾਂ ਨੇ ਮੰਗ ਕੀਤੀ ਹੈ ਕਿ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਗਰੀਬ ਪਰਿਵਾਰਾਂ ਦੇ ਲਈ ਪੱਕੇ ਤੌਰ ਦੇ ਉੱਤੇ ਲੈਣ ਤੇ ਸੁਸਾਇਟੀ ਦੇ ਲਈ ਜ਼ਮੀਨਾਂ ਨੂੰ ਬਿਨਾਂ ਸ਼ਰਤ ਮਾਲਕੀ ਹੱਕ ਲੈਣ। ਸੀਲਿੰਗ ਐਕਟ ਦੇ ਉੱਪਰ ਦੀਆਂ ਜ਼ਮੀਨਾਂ ਨੂੰ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਣ ਤੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਪਲਾਟ ਦਵਾਉਣ, ਮਾਈਕਰੋ ਫਾਈਨਾਂਸ ਕੰਪਨੀ ਸਮੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਕੇ ਸਹਿਕਾਰੀ ਸਭਾ ਦੇ ਵਿੱਚ ਮੈਂਬਰ ਬਣਾ ਕੇ ਸਰਕਾਰੀ ਕਰਜ਼ਿਆਂ ਦਾ ਪ੍ਰਬੰਧ ਕਰਵਾਇਆ ਜਾਵੇ। ਉਧਰ ਪੰਜਾਬ ਦੇ ਵਿੱਚ ਕੋਲੇ ਦੀ ਸਪਲਾਈ ਦੇ ਬਾਹਰੋਂ ਆਉਣ ਦੇ ਬਾਵਜੂਦ ਬਿਜਲੀ ਸੰਕਟ ਲਗਾਤਾਰ ਬਣਿਆ ਹੋਇਆ ਹੈ। ਭਾਵੇਂ ਬੀਤੇ ਦਿਨੀ ਸੂਬੇ ਦੇ ਵਿੱਚ ਕੋਲੇ ਦੀ 12 ਰੈਕ ਆਏ ਨੇ ਅਤੇ ਅੱਜ ਮੰਗਲਵਾਰ ਨੂੰ ਵੀ 13 ਰੈਕ ਪੁੱਜਣ ਦੀ ਸੂਚਨਾ ਮਿਲੀ ਹੈ। ਇਸਦੇ ਬਾਵਜੂਦ ਸੂਬੇ ਦੇ ਵਿੱਚ ਤਾਪ ਘਰਾਂ ਦੇ 5 ਯੂਨਿਟ ਹਾਲੇ ਵੀ ਬੰਦ ਨੇ। ਜ਼ਿਲ੍ਹਾ ਮਾਨਸਾ ਦੇ ਪਿੰਡ ਬਣਨ ਵਾਲਾ 'ਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਦਾ 1 ਯੂਨਿਟ ਅਜੇ ਵੀ ਬੰਦ ਪਿਆ, ਜਦਕਿ 2 ਯੂਨਿਟ ਕ੍ਰਮਵਾਰ 312 ਅਤੇ 352 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਨੇ। ਇਸ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਲਹਿਰਾ ਮੁਹੱਬਤ ਅਤੇ ਰੋਪੜ ਤਾਪ ਘਰ ਦਾ 1-1 ਯੂਨਿਟ ਬੰਦ ਹੈ, ਬਾਕੀ 2-3 ਯੂਨਿਟ ਗੋਇੰਦਵਾਲ ਸਮੇਤ ਪ੍ਰਾਈਵੇਟ ਤਾਪ ਘਰ ਦੇ ਵਿੱਚ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੇ ਕੱਲ ਕੋਲੇ ਦੇ 6-6 ਰੈਕ ਰਾਜਪੁਰਾ ਦੇ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਲਈ ਆਏ ਸਨ। ਅੱਜ ਰਾਜਪੁਰਾ ਦੇ ਲਈ 6, ਮਾਨਸਾ ਦੇ ਲਈ 4 ਅਤੇ ਗੋਇੰਦਵਾਲ ਦੇ ਲਈ ਸਾਂਗਲੀ 2 ਅਤੇ ਲਹਿਰਾ ਮੁਹੱਬਤ ਦੇ ਲਈ 1 ਰੈਕ ਸਪਲਾਈ ਆਉਣ ਦੇ ਬਾਰੇ ਜਾਣਕਾਰੀ ਮਿਲੀ ਹੈ। ਇਹ ਵੀ ਪਤਾ ਲੱਗਿਆ ਕਿ ਪੰਜਾਬ ਵਿਚਲੇ ਤਾਪਘਰ ਤੋਂ ਅੱਧੀ ਬਿਜਲੀ ਹੀ ਪੈਦਾ ਕਰ ਰਹੇ ਨੇ, ਜਦਕਿ ਕਰੀਬ 1400 ਮੈਗਾਵਾਟ ਬਿਜਲੀ ਬਾਹਰੋਂ ਮੰਗਵਾਈ ਜਾ ਰਹੀ ਹੈ। ਇਸ ਸੰਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਕੋਲ 48 ਘੰਟੇ, ਗੋਇੰਦਵਾਲ ਸਾਹਿਬ ਦੇ ਕੋਲ 39 ਘੰਟੇ, ਰਾਜਪੁਰਾ ਥਰਮਲ ਪਲਾਂਟ ਦੇ ਕੋਲ 21 ਘੰਟੇ, ਰੋਪੜ ਤਾਪਘਰ ਦੇ ਕੋਲ 88 ਘੰਟੇ ਅਤੇ GSTP ਲਹਿਰਾ ਮੁਹੱਬਤ ਦੇ ਕੋਲ 82 ਘੰਟਿਆਂ ਦਾ ਘੋਲਾ ਪਿਆ ਹੋਇਆ। ਉਧਰ ਕੋਰੋਨਾ ਦੀ ਚਪੇਟ ਦੇ ਵਿੱਚ ਆ ਕੇ ਮੌਤ ਦੇ ਮੂੰਹ ਦੇ ਵਿੱਚ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਟੇਟ ਡਿਜਾਸਟਰ ਰਿਲੀਫ ਫੰਡ ਦੇ ਵਿੱਚੋਂ ਮੁਆਵਜ਼ਾ ਦਿੱਤਾ ਜਾਵੇਗਾ। ਇਹ ਮੁਆਵਜ਼ਾ 50,000 ਰੁਪਏ ਪ੍ਰਤੀ ਵਿਅਕਤੀ ਤੈਅ ਕੀਤਾ ਗਿਆ ਹੈ। ਕੋਰੋਨਾ ਦੇ ਕਾਰਨ ਪੰਜਾਬ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਸੰਖਿਆ 16,500 ਨੂੰ ਵੀ ਟੱਪ ਚੁੱਕੀ ਹੈ, ਜਿਸ ਮੁਤਾਬਕ ਇਹ ਮੁਆਵਜ਼ਾ ਰਾਸ਼ੀ 82 ਕਰੋੜ ਦੀ ਕਰੀਬ ਬਣੇਗੀ। ਹੁਣ ਸੂਚਨਾ ਦੇ ਮੁਤਾਬਕ ਸਰਕਾਰ ਦੇ ਵੱਲੋਂ ਇਸ ਸੰਬੰਧੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਕਾਰਵਾਈ ਸ਼ੁਰੂ ਕਰਦਿਆਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਮੌਲ ਪੁਨਰਵਾਸ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਦੇ ਵੱਲੋਂ ਭੇਜੇ ਗਏ ਇਸ ਪੱਤਰ ਦੇ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੋਰੋਨਾ ਦੇ ਨਾਲ ਹੋਈਆਂ ਮੌਤਾਂ ਸੰਬੰਧੀ ਰਿਪੋਰਟ ਭੇਜਣ ਦੇ ਲਈ ਕਿਹਾ ਗਿਆ, ਜਿਸ ਮੁਤਾਬਕ COVID-19 ਦੇ ਕਾਰਨ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50,000 ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।